ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਗੱਲ ਆਪ ਸਮੂਹ ਸੰਗਤਾਂ ਨਾਲ ਸ਼ੇਅਰ ਕਰਨ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾ ਦਾ ਅੱਜ 16ਵਾਂ ਸੀਜ਼ਨ ਸਟਾਰਟ ਹੋ ਰਿਹਾ ਹੈ। ਇਹ ਲੰਬਾ ਸਫ਼ਰ ਅਸੀਂ ਸਭ ਮਿਲ ਕੇ ਤਾਂ ਹੀ ਤੈਅ ਕਰ ਪਾਏ ਹਾਂ ਕਿ ਸਾਨੂੰ ਸੰਗਤਾਂ ਦਾ ਨਾਲ ਸਾਥ ਮਿਲਦਾ ਰਿਹਾ ਹੈ, ਔਰ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਅੱਗੇ ਵੀ ਆਪ ਜੀ ਦਾ ਪਿਆਰ ਅਤੇ ਮਿਹਰਬਾਨੀ ਇਸ ਨੂੰ ਅਸੀਂ ਅੱਗੇ ਤੱਕ ਚਲਾ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 16ਵੇਂ ਸੀਜ਼ਨ ਵਿੱਚ ਸਾਡੇ ਸਾਰੇ ਸੁਹਿਰਦ ਅਤੇ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਆਓ ਬਣੀਏ ਗੁਰਸਿੱਖ ਪਿਆਰਾ ਜਿਹੜਾ ਕਿ ਲਗਭਗ 5 ਸਾਲ ਪਹਿਲੇ ਇਹ ਸਾਰੀਆਂ ਸੰਗਤਾਂ ਵਾਸਤੇ ਸ਼ੋਅ ਆਰੰਭ ਕੀਤਾ ਗਿਆ ਸੀ। ਗੁਰੂ ਸਾਹਿਬ ਦੀ ਮਿਹਰ ਸਦਕਾ ਅੱਜ ਅਸੀਂ 16ਵੇਂ ਸੀਜ਼ਨ ਵਿੱਚ ਐਂਟਰ ਕਰ ਗਏ। ਇਸ ਦੇ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਸਾਡੇ ਕੋਲ ਪਾਰਟੀਸਪੈਂਟਸ ਪੁੱਜੇ ਹਨ। ਦੇਖਦੇ ਹਾਂ ਸਾਡੇ ਸਾਰੇ ਦਰਸ਼ਕ ਵੀ ਨਾਲ ਦੇਖਣਗੇ ਕਿ ਕਿਸ ਤਰ੍ਹਾਂ ਇਹ ਟੀਮਸ ਪਰਫੋਰਮ ਕਰਦੀਆਂ ਹਨ। ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਸਫਲਤਾ ਦੀ ਸੀਰੀਆਂ ਕੇਵਲ ਅਤੇ ਕੇਵਲ ਅਕਾਲ ਪੁਰਖ ਦੀ ਕਿਰਪਾ, ਸਾਡੇ ਸਪੋਂਸਰਸ ਦਾ ਪਿਆਰ ਅਤੇ ਸਾਡੇ ਦਰਸ਼ਕਾਂ ਦਾ ਅਣਡਿੱਠਾ ਜੋ ਪਿਆਰ ਦਿੱਤਾ ਜਾ ਰਿਹਾ ਉਹਦਾ ਅਸੀਂ ਕਦੀ ਵੀ ਸ਼ੁਕਰਾਨਾ ਨਹੀਂ ਕਰ ਪਾਵਾਂਗੇ, ਕਿਉਂਕਿ ਇਹ ਸਫਲਤਾ ਤੁਹਾਡੀ ਹੈ, ਇਹ ਸਫਲਤਾ ਸਾਡੀ ਨਹੀਂ। ਦੇਖਦੇ ਹਾਂ ਇਹਨਾਂ ਟੀਮਾਂ ਦੇ ਵਿਚਕਾਰ, ਇਸ ਸੀਜ਼ਨ ਦੇ ਵਿਚਕਾਰ ਕਿਹੜੀਆਂ ਟੀਮ ਇੱਥੋਂ ਦੀ ਆਓ ਬਣੀਏ ਗੁਰਸਿੱਖ ਪਿਆਰਾ ਦਾ ਟਾਈਟਲ ਜਿੱਤ ਕੇ ਜਾਣਗੀਆਂ। ਇਸ ਤਰ੍ਹਾਂ ਹੀ ਸਾਨੂੰ ਪਿਆਰ ਦੇਈ ਜਾਓ ਤਾਂ ਕਿ ਅਸੀਂ ਆਓ ਬਣੀਏ ਗੁਰਸਿੱਖ ਪਿਆਰਾ ਦਾ ਇਹ ਪ੍ਰੋਗਰਾਮ ਹੋਰ ਅੱਗੇ ਲਿਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਸੀਜ਼ਨ 16 ਦੇ ਪਹਿਲੇ ਐਪੀਸੋਡ ਵਿੱਚ ਅਸੀਂ ਇਨਵਾਈਟ ਕਰ ਰਹੇ ਹਾਂ ਸੂਝਵਾਨ ਕੋਰਾਂ ਪਹਿਲੀ ਟੀਮ ਜੀ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਅਨਮੋਲਜੀਤ ਕੌਰ ਐਂਡ ਆਈ ਐਮ ਹਰਸਿਮਰ ਕੌਰ ਐਂਡ ਵੀ ਆਰ ਦੀ ਸਟੂਡੈਂਟਸ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਐਂਡ ਵੀ ਆਰ ਵੈਰੀ ਪ੍ਰਾਊਡ ਐਂਡ ਬਲੈਸਡ ਟੂ ਬੀ ਅ ਪਾਰਟ ਆਫ ਆਓ ਬਣੀਏ ਗੁਰਸਿੱਖ ਪਿਆਰਾ। ਅਸੀਂ ਇਨਵਾਈਟ ਕਰ ਰਹੇ ਹਾਂ ਜੀ ਆਪਣੀ ਦੂਜੀ ਟੀਮ ਵਿਰਸੇ ਦੇ ਵਾਰਸ, ਹੇਅਰਸ ਆਫ ਹੈਰੀਟੇਜ, ਪਲੀਜ਼ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਗੁਰਪ੍ਰੀਤ ਕੌਰ ਫਰੋਮ ਨਿਊ ਦਿੱਲੀ ਸ਼ਾਸਤਰੀ ਨਗਰ। ਆਈ ਐਮ ਹਾਊਸ ਵਾਈਫ ਐਂਡ ਆਮ ਵੈਰੀ ਪ੍ਰਾਊਡ ਟੂ ਬੀ ਅ ਪਾਰਟ ਆਫ ਦਿਸ ਸ਼ੋਅ। ਮੇਰਾ ਨਾਮ ਬਲਜੀਤ ਕੌਰ ਹੈ ਅਤੇ ਮੈਂ ਦਿੱਲੀ ਮੁਖਰਜੀ ਨਗਰ ਪਰਮਾਨੰਦ ਕਲੋਨੀ ਤੋਂ ਆਈ ਹਾਂ ਅਤੇ ਮੈਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੇ ਆਪ 'ਤੇ ਬਹੁਤ ਮਹਾਨ ਮਹਿਸੂਸ ਕਰ ਰਹੀ ਹਾਂ। ਬਹੁਤ ਵਧੀਆ ਜੀ। ਸੋ ਅਸੀਂ ਆਰੰਭ ਕਰਨ ਜਾ ਰਹੇ ਹਾਂ ਜੀ ਦੋਨੋਂ ਟੀਮਸ ਦੇ ਨਾਲ ਅੱਜ ਦਾ ਇਹ ਐਪੀਸੋਡ, ਔਰ ਇਹ ਦੇਖਾਂਗੇ ਇਸ ਕੰਪੀਟੀਸ਼ਨ ਦੇ ਵਿੱਚ ਜਿਹੜੇ ਰੂਲਸ ਹਨ। ਮੈਂ ਆਪ ਜੀ ਨੂੰ ਸ਼ਾਰਟ 'ਚ ਦੱਸ ਦਿਆਂ ਕਿ ਯੂ ਵਿਲ ਗੈਟ 10 ਪੁਆਇੰਟਸ ਫੋਰ ਐਵਰੀ ਕਰੈਕਟ ਆਨਸਰ। ਪਾਸ ਹੋਣੇ 'ਤੇ ਕੁਸ਼ਚਨ ਬੋਨਸ ਮਾਰਕਸ ਮਿਲਣਗੇ ਦੂਸਰੀ ਟੀਮ ਨੂੰ। 60 ਸੈਕਿੰਡਸ ਦਾ ਟਾਈਮ ਹੋਏਗਾ, ਔਰ ਸਾਡੀ ਸਿੰਸੀਅਰ ਐਡਵਾਈਜ਼ ਹੈ ਦੋਨੋਂ ਟੀਮਸ ਨੂੰ, ਪਲੀਜ਼ ਆਪਸ ਵਿੱਚ ਡਿਸਕਸ ਕਰਕੇ ਆਪ ਜੀ ਜਵਾਬ ਦਿਓ। ਸੋ ਅੱਜ ਦਾ ਜਿਹੜਾ ਸਲੋਗਨ ਹੈ ਸਾਡਾ, ਮਾਇੰਡ ਸੈੱਟ ਇਜ਼ ਵਟ ਸੈਪਰੇਟਸ ਦ ਬੈਸਟ ਫਰੋਮ ਦ ਰੈਸਟ। ਸੋ ਸਾਡਾ ਮਾਇੰਡ ਸੈੱਟ ਅਗਰ ਪੋਜ਼ਿਟਿਵ ਹੈ ਤਾਂ ਵੀ ਕੈਨ ਅਚੀਵ ਐਨੀ ਸਕਸੈਸ। ਠੀਕ ਹੈ ਜੀ। ਸੋ ਇੱਕ ਲਾਈਫ ਲਾਈਨ ਆਪ ਜੀ ਦੇ ਪਾਸ ਹੋਏਗੀ ਐਕਸਪਰਟ ਐਡਵਾਈਸ ਦੀ। ਸਾਨੂੰ ਰਿਕੁਐਸਟ ਅਸੀਂ ਤੁਹਾਨੂੰ ਕਰਾਂਗੇ ਕਿ ਤੁਸੀਂ ਪਲੀਜ਼ ਉਹਦਾ ਜ਼ਰੂਰ ਫਾਇਦਾ ਉਠਾਉਣਾ। ਠੀਕ ਹੈ ਜੀ। ਉਹ ਸੋ ਅਸੀਂ ਆਰਾਮ ਕਰਨੇ ਜਾ ਰਹੇ ਹਾਂ ਜੀ। ਪਹਿਲਾ ਕੁਸ਼ਚਨ ਜਿਹੜਾ ਡਾਇਰੈਕਟ ਇੰਟੈਲੀਜੈਂਟ ਕੋਰਸ ਲਈ ਆ ਰਿਹਾ ਹੈ, ਨੇਮ ਦਾ ਸਿਟੀ, ਸ਼ਹਿਰ ਦਾ ਨਾਂ ਦੱਸੋ। ਆਪ ਜੀ ਦੇ ਸਾਹਮਣੇ ਕੁਸ਼ਚਨ ਆ ਰਿਹਾ ਜੀ, ਪਲੀਜ਼। ਇਨ ਵਿਚ ਸਿਟੀ ਇਜ਼ ਦਾ ਗੁਰਦੁਆਰਾ ਬੜਾ ਸਿੱਖ ਸੰਗਤ ਰਿਲੇਟਿਡ ਟੂ ਗੁਰੂ ਨਾਨਕ ਸਾਹਿਬ ਜੀ ਇਜ਼ ਸਿਚੁਏਟਡ। ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਬਾੜਾ ਸਿੱਖ ਸੰਗਤ ਕਿਸ ਸ਼ਹਿਰ ਵਿੱਚ ਹੈ? ਕੋਲਕਾਤਾ। ਸ਼ੋਰ, ਦੋਨਾਂ ਨੇ ਬੜੇ ਕੌਨਫੀਡੈਂਟਲੀ ਬੋਲਿਆ, ਤਾਂ ਸਾਨੂੰ ਬੜੀ ਖੁਸ਼ੀ ਹੈ ਕਿ ਤੁਹਾਨੂੰ 10 ਮਾਰਕਸ ਅਸੀਂ ਗ੍ਰਾਂਟ ਕਰ ਰਹੇ ਹਾਂ। ਬਿਲਕੁਲ ਠੀਕ ਜਵਾਬ ਆ ਗਿਆ ਜੀ। ਸਾਡੇ ਦਰਸ਼ਕ ਵੀ ਬਹੁਤ ਸਾਰੇ ਜਾਣਦੇ ਹੋਣਗੇ ਇਸ ਆਂਸਰ ਨੂੰ। ਸੋ ਅਗਲਾ ਕੁਸ਼ਚਨ ਹੈ ਜੀ ਵਿਰਸੇ ਦੇ ਵਾਰਸ ਲਈ। ਲਓ ਜੀ, ਵਿਚ ਸਿਟੀ ਵਾਸ ਮੇਡ ਮਿਸ਼ਨਰੀ ਸੈਂਟਰ ਬਾਏ ਗੁਰੂ ਹਰਗੋਬਿੰਦ ਸਾਹਿਬ ਜੀ? ਕਰਤਾਰਪੁਰ ਸਾਹਿਬ। ਆਪ ਜੀ ਨੇ, ਮੈਂ ਅੱਜ ਪੰਜਾਬੀ 'ਚ ਪੜ੍ਹਨਾ ਸੀ, ਆਪ ਜੀ ਨੇ ਪਹਿਲਾਂ ਹੀ ਆਪ ਜੀ ਨੂੰ ਜਵਾਬ ਪਤਾ ਸੀ। ਬੜੀ ਅੱਛੀ ਗੱਲ ਹੈ, ਕੌਨਫੀਡੈਂਟ ਹੋ ਆਪ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਸ ਸ਼ਹਿਰ ਨੂੰ ਪ੍ਰਚਾਰਕ ਸੈਂਟਰ ਬਣਾਇਆ ਸੀ? ਆਪ ਜੀ ਨੇ ਕਿਹਾ ਕਰਤਾਰਪੁਰ ਸਾਹਿਬ।
ਬਿਲਕੁਲ ਠੀਕ ਜਵਾਬ ਹੈ ਜੀ। ਆਪ ਜੀ ਨੂੰ ਪਤਾ ਹੈ ਕਰਤਾਰਪੁਰ ਸਾਹਿਬ ਕਿੱਥੇ ਹੈ? ਪੰਜਾਬ ਵਿੱਚ। ਪੰਜਾਬ ਵਿੱਚ, ਹਾਂਜੀ, ਪ੍ਰੈਜ਼ੈਂਟ ਪੰਜਾਬ ਵਿੱਚ, ਹਾਂਜੀ, ਪ੍ਰੈਜ਼ੈਂਟ ਪੰਜਾਬ। ਓਕੇ ਓਕੇ, ਜਿਹੜਾ ਇੰਡੀਆ 'ਚ? ਹਾਂਜੀ ਹਾਂਜੀ, ਠੀਕ ਹੈ। ਸੋ ਕਰਤਾਰਪੁਰ ਸਾਹਿਬ ਜਿਹੜਾ ਕਿ ਜਲੰਧਰ ਦੇ ਨੇੜੇ ਹੈ, ਸੋ ਬਿਲਕੁਲ ਠੀਕ ਜਵਾਬ ਹੈ ਜੀ। 10 ਮਾਰਕਸ ਇਸ ਟੀਮ ਨੂੰ ਵੀ ਮਿਲ ਗਏ। ਅਸੀਂ ਫਿਰ ਸੀ ਆਵਾਂਗੇ ਇੰਟੈਲੀਜੈਂਟ ਕੋਰਸ ਕੋਲ ਔਰ ਅਗਲੇ ਕੁਐਸਚਨ ਦਾ ਜਵਾਬ ਜਾਣਨਾ ਚਾਹਾਂਗੇ, ਜਿਹੜਾ ਕਿ ਹੁਣ ਉਹਨਾਂ ਲਈ ਸਕਰੀਨ 'ਤੇ ਆ ਰਿਹਾ ਜੀ। ਸਿੱਖਸ ਇਨ ਨਿਊਜ਼, ਖਬਰਾਂ ਵਿੱਚ ਸਿੱਖ, ਦੋਨੋਂ ਟੀਮਸ ਲਈ ਇੱਕ ਇੱਕ ਕਰਕੇ ਸਿੱਖਸ ਇਨ ਨਿਊਜ਼ ਦੇ ਵਿੱਚੋਂ ਕੁਐਸਚਨ ਆਏਗਾ। ਸੋ ਪਲੀਜ਼ ਆਪ ਜੀ ਨੇ ਧਿਆਨ ਨਾਲ ਦੇਖਣਾ ਔਰ ਇਹਦਾ ਜਵਾਬ ਦੇਣਾ। ਨੇਮ ਦਾ ਰਾਈਟਰ ਆਫ ਬੁੱਕ ਔਨ 50 ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਰਿਲੀਜ਼ਡ ਔਨ 29th October 2018 ਬਾਏ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਪ੍ਰਬਲੀਨ ਸਿੰਘ। ਡਾਕਟਰ ਪ੍ਰਬਲੀਨ ਸਿੰਘ, ਆਪ ਜੀ ਵੀ ਇਹ ਜਵਾਬ ਨਾਲ ਜਾਣਾ ਚਾਹੋਗੇ? 29 October 2018 ਨੂੰ ਭਾਰਤੀ ਉਪ ਰਾਸ਼ਟਰਪਤੀ ਵੱਲੋਂ ਜਾਰੀ ਪੁਸਤਕ ਪੰਜਾਬ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਦੇ ਲੇਖਕ ਕੌਣ ਹਨ? ਆਪ ਜੀ ਨੇ ਕਿਹਾ ਹੈ ਡਾਕਟਰ ਪ੍ਰਬਲੀਨ ਸਿੰਘ। ਬਿਲਕੁਲ ਠੀਕ ਜਵਾਬ ਹੈ। ਸਾਡੇ ਬਹੁਤ ਸਾਰੇ ਦਰਸ਼ਕ ਵੀ ਇਸ ਖਬਰ ਬਾਰੇ ਜਾਣੂ ਹੋਣਗੇ। ਸੋ 10 ਨੰਬਰ ਮਿਲ ਗਏ ਜੀ ਸੂਜਵਾਨ ਕੌਰਾਂ ਨੂੰ ਔਰ ਅਸੀਂ ਵਧਾਂਗੇ ਆਪਣੇ ਅਗਲੇ ਕੁਐਸਚਨ ਵਾਸਤੇ ਵਿਰਸੇ ਦੇ ਵਾਰਸ ਟੀਮ ਪਾਸ। ਹੂ ਇਜ਼ ਦਾ ਟੋਲੈਸਟ ਸਿੱਖ ਪੁਲਿਸਮੈਨ ਇਨ ਦਾ ਵਰਲਡ? ਵਿਸ਼ਵ ਵਿੱਚ ਸਭ ਤੋਂ ਲੰਮੇ ਸਿੱਖ ਪੁਲਿਸਮੈਨ ਕੌਣ ਹਨ? ਐਕਸਪਰਟ ਐਡਵਾਈਸ ਨਹੀਂ ਯਾਦ ਆ ਰਿਹਾ, ਪੜ੍ਹਿਆ ਸੀ ਵੈਸੇ ਆਪ ਜੀ, ਯਾਦ ਨਹੀਂ ਆ ਰਿਹਾ। ਸੋ ਐਕਸਪਰਟ ਐਡਵਾਈਸ ਇਹਨਾਂ ਨੇ ਮੰਗੀ ਹੈ ਜੀ। ਤਾਂ ਸਾਡੇ ਨਾਲ ਅੱਜ ਐਕਸਪਰਟ ਐਡਵਾਈਸ ਲਈ ਜੁੜ ਰਹੇ ਹਨ ਸਰਦਾਰ ਪ੍ਰਕਾਸ਼ ਸਿੰਘ ਜੀ, ਜਿਹੜੇ ਕਿ ਡਿਵਿਨਿਟੀ ਟੀਚਰ ਹਨ ਔਰ ਪੰਜਾਬੀ ਔਨਲਾਈਨ ਸੇਵਾ ਜਿਹੜੀ ਉਹ ਨਿਭਾ ਰਹੇ ਹਨ ਕਾਫੀ ਸਮੇਂ ਤੋਂ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਰਿਕੁਐਸਟ ਕਰਾਂਗੇ ਕਿ ਉਹ ਇਸ ਟੀਮ ਨੂੰ ਇਸ ਕੁਐਸਚਨ ਦਾ ਠੀਕ ਜਵਾਬ ਦੱਸ ਕੇ ਗੇਮ ਵਿੱਚ ਅੱਗੇ ਵਧਾਉਣ ਜੀ। ਸਰਦਾਰ ਪ੍ਰਕਾਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਗਿਆਨ ਮੁਤਾਬਕ ਸਰਦਾਰ ਜਗਦੀਪ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਹੇ ਹਨ, ਸੰਸਾਰ ਭਰ ਦੇ ਵਿੱਚ ਸਭ ਤੋਂ ਲੰਮੇ ਸਿੱਖ ਨੌਜਵਾਨ ਹਨ ਅਤੇ ਤੁਸੀਂ ਇਹਨਾਂ ਨੂੰ ਲੌਕ ਕਰ ਸਕਦੇ ਹੋ। ਉਂਝ ਵੀ ਪੰਜਾਬ ਦੇ ਨੌਜਵਾਨਾਂ ਦੇ ਬਾਰੇ ਪ੍ਰਸਿੱਧ ਕਵੀ ਪ੍ਰੋਫੈਸਰ ਪੂਰਨ ਸਿੰਘ ਵੀ ਕਹਿੰਦੇ ਹਨ ਕਿ ਉੱਚੇ ਲੰਮੇ ਗੱਭਰੂ ਜਿਹੜੇ ਕਿਸੇ ਦੇ ਵਿੱਚ ਨਾ ਰਲੀਦੇ ਨਾ ਮਿਲੀਦੇ, ਆਪਣੀ ਲੰਮੀ ਚਾਲ ਕਰਕੇ ਆਪਣੇ ਕੱਦ ਕਾਠ ਕਰਕੇ ਦੂਰੋਂ ਹੀ ਪਛਾਣੇ ਜਾਂਦੇ ਹਨ। ਇਸ ਕਰਕੇ ਤੁਸੀਂ ਜਿਹੜਾ ਹੈ ਸਰਦਾਰ ਜਗਦੀਪ ਸਿੰਘ ਦੇ ਨਾਂ ਦੇ ਉੱਤੇ ਮੋਹਰ ਲਾ ਸਕਦੇ ਹੋ। ਸਰਦਾਰ ਪ੍ਰਕਾਸ਼ ਸਿੰਘ ਜੀ ਦਾ ਕਹਿਣਾ ਹੈ ਕਿ ਉਹਨਾਂ ਦਾ ਨਾਮ ਹੈ ਸਰਦਾਰ ਜਗਦੀਪ ਸਿੰਘ। ਕੀ ਆਪ ਜੀ ਨੂੰ ਕੁਛ ਯਾਦ ਆ ਰਿਹਾ ਕਿ ਆਪ ਜੀ ਨੇ ਪੜ੍ਹਿਆ ਸੀ? ਥੋੜ੍ਹਾ ਜਿਹਾ ਡਾਊਟ ਸੀ, ਨਾਮ ਵਿੱਚ ਥੋੜ੍ਹਾ ਡਾਊਟ ਸੀ, ਇਸ ਕਰਕੇ ਆਪ ਜੀ ਨੇ ਐਕਸਪਰਟ ਐਡਵਾਈਸ ਲੈ ਲਈ ਕਿ ਕਿਧਰੇ ਕੋਈ ਗਲਤੀ ਨਾ ਹੋਵੇ। ਸੋ ਬਹੁਤ ਅੱਛੀ ਗੱਲ ਹੈ ਜੀ ਔਰ ਆਪ ਜੀ ਨੇ ਇਸ ਐਡਵਾਈਸ ਨੂੰ ਪ੍ਰਵਾਨ ਕਰ ਲਿਆ। ਸੋ ਪੂਰੇ 10 ਮਾਰਕਸ ਆਪ ਜੀ ਨੂੰ ਮਿਲ ਜਾਂਦੇ ਨੇ ਅਤੇ ਅਸੀਂ ਸੰਗਤਾਂ ਨੂੰ ਵੀ ਦੱਸ ਦਈਏ ਆਪਣੇ ਸਾਰੇ ਪਿਆਰੇ ਦਰਸ਼ਕਾਂ ਨੂੰ ਕਿ ਹੀ ਇਜ਼ ਦਾ ਹੈੱਡ ਕੌਂਸਟੇਬਲ ਇਨ ਪੰਜਾਬ ਪੁਲਿਸ। ਹਿਸ ਹਾਈਟ ਇਜ਼ 7 feet 6 inches, ਵੇਟ 190 kg ਐਂਡ ਵੀਅਰਸ 19 ਨੰਬਰ ਆਫ ਸ਼ੂ। ਇਹ ਗੁਰਸਿੱਖ ਪਿਆਰਾ ਜਿਹੜਾ, ਸਾਨੂੰ ਬੜੀ ਖੁਸ਼ੀ ਹੈ ਬਈ ਪੰਜਾਬ ਪੁਲਿਸ ਦੇ ਵਿੱਚ ਇਸਨੇ ਇਹ ਆਪਣਾ ਸਰੀਰਕ ਤੰਦਰੁਸਤੀ ਰੱਖ ਕੇ ਇਤਨੀ ਹਾਈਟ ਗੇਨ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਪ੍ਰਕਾਸ਼ ਸਿੰਘ ਜੀ, ਆਪ ਜੀ ਨੇ ਠੀਕ ਜਵਾਬ ਦੱਸਿਆ ਸਾਡੀ ਟੀਮ ਨੂੰ ਔਰ ਇਹਨਾਂ ਨੇ ਪੂਰੇ 10 ਮਾਰਕਸ ਗੇਨ ਕਰ ਲੈਣ। ਧੰਨਵਾਦ ਜੀ, ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡੀ ਟੀਮ ਹੋਰ ਅੱਗੇ ਵਧੇ ਅਤੇ ਹੋਰ ਵੱਡੀ ਸਫਲਤਾ ਹਾਸਲ ਕਰੇ। ਔਰ ਅਸੀਂ ਵੱਧ ਰਹੇ ਹਾਂ ਜੀ ਆਪਣੇ ਅਗਲੇ ਕੁਐਸਚਨ ਲਈ ਇੰਟੈਲੀਜੈਂਟ ਕੋਰਸ ਪਾਸ, ਕਿ ਉਹ ਅਗਲੇ ਕੁਐਸਚਨ ਨੂੰ ਕਿਸ ਤਰ੍ਹਾਂ ਫੇਸ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਹੈ ਜੀ ਔਰ ਆਪ ਜੀ ਨੇ ਧਿਆਨ ਨਾਲ ਪੜ੍ਹ ਕੇ ਇਹਦਾ ਜਵਾਬ ਦੇਣਾ। ਫਰੋਮ ਹੂਮ ਡਿਡ ਗੁਰੂ ਨਾਨਕ ਸਾਹਿਬ ਰਿਸੀਵ ਬਾਣੀ ਆਫ ਸ਼ੇਖ ਫਰੀਦ ਜੀ? ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਫਰੀਦ ਜੀ ਦੀ ਬਾਣੀ ਕਿਸ ਤੋਂ ਪ੍ਰਾਪਤ ਕੀਤੀ ਸੀ? ਉਹਨਾਂ ਨੇ ਸ਼ੇਖ ਫਰੀਦ ਜੀ ਦੀ ਬਾਣੀ ਸ਼ੇਖ ਬ੍ਰਹਮ ਤੋਂ ਕੀਤੀ ਸੀ। ਸ਼ੇਖ ਬ੍ਰਹਮ ਤੋਂ ਕਿਸ ਜਗ੍ਹਾ ਤੇ ਕੀਤੀ ਸੀ? ਟਾਕਾ। ਟਾਕਾ? ਨਹੀਂ ਨਹੀਂ, ਉਹ ਜੈਦੀਪ ਜੀ ਦੀ ਕੀਤੀ ਸੀ ਬਾਣੀ। ਅੱਛਾ ਜੀ, ਜਗ੍ਹਾ ਨਹੀਂ ਪਤਾ ਆਪ ਨੂੰ, ਪਰ ਕਿਉਂਕਿ ਕੁਐਸਚਨ ਵਿੱਚ ਮੈਂ ਐਕਸਟਰਾ ਨੌਲੇਜ ਵਾਸਤੇ ਆਪ ਜੀ ਕੋਲੋਂ ਜਾਣਨਾ ਚਾਹੁੰਦਾ ਸਾਂ। ਸੋ ਆਪ ਜੀ ਦਾ ਜਵਾਬ ਬਿਲਕੁਲ ਠੀਕ ਹੈ, ਸ਼ੇਖ ਬ੍ਰਹਮ ਕੋਲੋਂ
ਗੁਰੂ ਸਾਹਿਬ ਨੇ ਸ਼ੇਖ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਹੈ। ਸੋ ਬਹੁਤ ਵਧੀਆ ਗੱਲ ਜੀ, ਤੁਹਾਡੇ ਪੂਰੇ 10 ਮਾਰਕਸ ਆ ਗਏ ਅਤੇ ਅਸੀਂ ਵਧਦੇ ਹਾਂ ਜੀ ਵਿਰਸੇ ਦੇ ਵਾਰਸ ਟੀਮ ਵੱਲ, ਹੇਅਰਸ ਆਫ ਹੈਰੀਟੇਜ। ਉਹਨਾਂ ਲਈ ਅਗਲਾ ਕੁਐਸਚਨ ਹੈ, ਸਕਰੀਨ 'ਤੇ ਦੇਖਣਾ ਜੀ ਪਲੀਜ਼। ਇਨ ਵਿਚ ਸਿਟੀ ਗੁਰੂ ਨਾਨਕ ਸਾਹਿਬ ਰਿਸੀਵ ਬਾਣੀ ਆਫ ਭਗਤ ਜੈਦੇਵ ਜੀ? ਭਗਤ ਜੈਦੇਵ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਕਿਸ ਸ਼ਹਿਰ ਵਿੱਚੋਂ ਪ੍ਰਾਪਤ ਕੀਤੀ ਹੈ? ਆਪ ਜੀ ਨੇ ਜ਼ਰੂਰ ਪੜ੍ਹਿਆ ਹੋਏਗਾ ਜਿਹੜਾ ਰੀਡਿੰਗ ਮਟੀਰੀਅਲ ਆਪ ਜੀ ਨੂੰ ਮਿਲਿਆ ਸੀ ਸਿਲੈਕਸ਼ਨ ਟੈਸਟ ਤੋਂ ਬਾਅਦ। ਕੁਛ ਯਾਦ ਆ ਰਿਹਾ? ਆਪ ਜੀ ਨੇ ਲਾਈਫ ਲਾਈਨ ਵੀ ਯੂਜ਼ ਕਰ ਲਈ ਹੈ ਆਪਣੀ ਐਕਸਪਰਟ ਐਡਵਾਈਸ ਦੀ, ਅਤੇ ਇਸ ਵਾਸਤੇ ਆਪ ਜੀ ਨੂੰ ਆਪਣੀ ਮੈਮੋਰੀਜ਼ ਰੀਕਲੈਕਟ ਕਰਨੀਆਂ ਪੈਣਗੀਆਂ। ਘੜੀ ਦਾ ਆਪਣੇ ਖਿਆਲ ਰੱਖਣਾ ਪਲੀਜ਼। ਪਾਕਿਸਤਾਨ 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 ਇਜ਼ ਦਾ ਇਜ਼ ਨੋਟ ਦਾ ਕਰੈਕਟ ਆਨਸਰ। ਅਸੀਂ ਪਾਸ ਕਰਾਂਗੇ ਜੀ ਕੁਐਸਚਨ। ਇੰਟੈਲੀਜੈਂਟ ਕੋਰਸ ਲਈ ਇੱਕ ਬੜਾ ਅੱਛਾ ਅਵਸਰ ਆ ਗਿਆ, ਮੌਕਾ ਆ ਗਿਆ ਕਿ ਉਹ ਬੋਨਸ ਮਾਰਕ ਸਕੋਰ ਕਰ ਸਕਦੇ। ਪਲੀਜ਼ ਢਾਕਾ ਜੈਦੇਵ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਢਾਕਾ ਵਿੱਚੋਂ ਪ੍ਰਾਪਤ ਕੀਤੀ ਹੈ। 5 ਬੋਨਸ ਮਾਰਕਸ ਇਹਨਾਂ ਨੇ ਆਪਣੀ ਟੀਮ ਲਈ ਐਡ ਕਰ ਲੈਣ ਜੀ ਸੂਝਵਾਨ ਕੌਰਾਂ ਨੇ। ਸੂਝ ਦਿਖਾਉਂਦੇ ਹੋਏ ਇਹਨਾਂ ਨੇ ਯਾਦ ਰੱਖਿਆ, ਬਹੁਤ ਅੱਛੀ ਗੱਲ ਹੈ ਜੀ। ਆਪ ਜੀ ਮਿਸ ਕਰ ਗਏ ਇਸ ਆਂਸਰ ਨੂੰ, ਐਨੀ ਉਹ ਅਜੇ ਗੇਮ ਅੱਗੇ ਵਧਣੀ ਹੈ ਅਤੇ ਦੋਨੋਂ ਟੀਮਸ ਕਿਸ ਤਰ੍ਹਾਂ ਪਰਫੋਰਮ ਕਰਦੀਆਂ ਹਨ ਅੱਗੇ। ਅਸੀਂ ਇੱਥੇ ਇਸ ਮੌਕੇ 'ਤੇ ਜਾਣਨਾ ਚਾਹਾਂਗੇ ਦੋਨੋਂ ਟੀਮਸ ਦੇ ਸਕੋਰ। ਇੰਟੈਲੀਜੈਂਟ ਕੋਰਸ 35 ਮਾਰਕਸ ਔਰ ਵਿਰਸੇ ਦੇ ਵਾਰਸ ਹੇਅਰਸ ਆਫ ਹੈਰੀਟੇਜ 20 ਮਾਰਕਸ। ਸੋ ਸੂਝਵਾਨ ਕੋਰਾਂ ਲੀਡ ਕਰ ਰਹੀਆਂ ਹਨ, ਪਰ ਆਪ ਜੀ ਨੇ ਅੱਗੇ ਅੱਛਾ ਪਰਫੋਰਮ ਕਰਕੇ ਕੰਪੀਟੀਸ਼ਨ 'ਚ ਬਣੇ ਰਹਿਣਾ। ਦੋਨੋਂ ਟੀਮਸ ਲਊਂ ਅਸੀਂ ਵਿਸ਼ ਕਰਦੇ ਹਾਂ ਕਿ ਉਹ ਹੋਰ ਅੱਛਾ ਪਰਫੋਰਮ ਕਰਨ। ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਸੋ ਬੜੀ ਛੇਤੀ ਆਏ ਬ੍ਰੇਕ ਦੇ ਵਿੱਚ, ਸਾਡੇ ਦਰਸ਼ਕਾਂ ਲਈ ਇੱਕ ਕੁਐਸਚਨ ਆ ਰਿਹਾ ਹੈ ਆਡੀਅੰਸ ਕੁਐਸਚਨ ਦਾ ਜਵਾਬ ਦੇ ਕੇ। ਅਗਲੇ ਹਫ਼ਤੇ ਆਪ ਜੀ ਆਪਣੀ ਫੋਟੋ, ਨਾਮ, ਆਪਣੀ ਸਿਟੀ ਨੇਮ ਦੇ ਨਾਲ ਦੇਖ ਸਕਦੇ ਹੋ। ਜਵਾਬ ਦੇਣਾ ਨਾ ਭੁੱਲਣਾ। ਥੈਂਕ ਯੂ ਵੈਰੀ ਮੱਚ। ਅਸੀਂ ਬੜੀ ਛੇਤੀ ਆਪ ਜੀ ਦੇ ਰੂਬਰੂ ਹੁੰਦੇ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ, ਯੂ ਕੈਨ ਰਿਲਾਈ ਅਪੌਨ ਸਿਮਕੋ। ये क्या सुना रहा है सर? आप लोग मैच खेलने जा रहे हैं ना, इसने कामयाबी की घंटी सुनाई। नया पॉकेट सर्फर रुपीज 1999 से शुरू एंड्रॉइड स्मार्टफोन के साथ एक साल का इंटरनेट फ्री। समीर, वाओ, जस्ट पॉइंट एंड मूव। स्पेशलिस्ट एलईडी टीवी स्मार्ट फीचर्स के साथ, महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर, द एलईडी टीवी स्पेशलिस्ट। When it's about style, it's Simcoe. Simcoe Swift Power Hair Spray in Mega Strong, System Professional and Ultra Strong. Simcoe Swift Power Hair Spray. Style begins with it. Vaheguru Ji ka khalsa, Vaheguru Ji ki fateh. Aaj da audience question hai, 5 pyareyan vicho Bhai Himmat Singh Ji da janam kadon te kithe hoya? Aap Ji apne jawab screen te likhe procedure anusar sanu bhej sakde ho. Dhanwad. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਆਪ ਜੀ ਦੇ ਪਿਆਰੇ ਪ੍ਰੋਗਰਾਮ ਵਿੱਚ ਅਸੀਂ ਮੁੜ ਤੋਂ ਸਵਾਗਤ ਕਰਦੇ ਹਾਂ।
ਬ੍ਰੇਕ ਤੋਂ ਪਹਿਲਾਂ ਮੇਰੇ ਵੀਰ ਹਰਜਿੰਦਰ ਸਿੰਘ ਹੋਰੀ ਇਸੇ ਪ੍ਰੋਗਰਾਮ ਨੂੰ ਚਲਾ ਰਹੇ ਸਨ। ਸੋ ਪ੍ਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਪਹਿਲਾ ਪ੍ਰਸ਼ਨ ਜਿਹੜਾ ਕਿ ਬ੍ਰੇਕ ਤੋਂ ਬਾਅਦ ਹੈ ਉਹ ਸੂਝਵਾਨ ਕੌਰਾਂ ਲਈ। ਸੱਸਾਂ ਅਤੇ ਨੂੰਹਾਂ ਦਾ ਪਿਆਰ ਖੁਸ਼ੀ ਘਨੀ ਅਤੇ ਨਿਘ ਅਪਾਰ। ਸਮਾਂ ਕਾਫੀ ਸੀ, ਆਪਾਂ ਜੇ ਗੱਲਬਾਤ ਕਰ ਸਕਦੇ ਸੋ, ਤੇ ਇਕਦਮ ਹੀ ਜਵਾਬ ਦਿੱਤਾ ਇਹਨਾਂ ਨੇ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਵੀ ਤੁਹਾਨੂੰ 10 ਮਾਰਕਸ ਦਿੱਤੇ ਨੇ, ਫੁੱਲ 10 ਮਾਰਕਸ ਟੂ ਯੂ। ਤੋ ਨਿਘ ਅਪਾਰ, ਸੋ ਇਸ ਕਰਕੇ ਬਹੁਤ ਅੱਛਾ ਤੁਸੀਂ ਜਵਾਬ ਦਿੱਤਾ। ਅਗਲਾ ਪ੍ਰਸ਼ਨ ਵਿਰਸੇ ਦੇ ਵਾਰਸ ਲਈ। ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾਵੇ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾਵੇ, ਤੇਰਾ ਨਾਮ ਚੇਤਾਵੇ। ਸੋ ਬਹੁਤ ਅੱਛਾ ਤੁਸੀਂ ਦੋਨਾਂ ਟੀਮਾਂ ਨੇ ਕੀਤਾ, 10 ਮਾਰਕ ਤੁਹਾਨੂੰ ਮਿਲਦੇ ਨੇ। ਅਗਲੇ ਪ੍ਰਸ਼ਨ ਦੀ ਲੜੀ ਨੂੰ ਸ਼ੁਰੂ ਕਰਦਿਆਂ ਹੋਇਆਂ ਸੂਝਵਾਨ ਕੌਰਾਂ ਲਈ, ਇੱਥੇ ਆਪ ਜੀ ਨੂੰ ਇੱਕ ਆਡੀਓ ਕਲਿੱਪ ਸੁਣਾਈ ਜਾ ਰਹੀ ਹੈ, ਦੋਨੋਂ ਟੀਮਾਂ ਵਾਸਤੇ ਹੈ ਅਤੇ ਲੇਕਿਨ ਪ੍ਰਸ਼ਨ ਦੋਨਾਂ ਵਾਸਤੇ ਨਹੀਂ, ਪ੍ਰਸ਼ਨ ਇਹਨਾਂ ਵਾਸਤੇ ਹੀ ਹੈ। ਅਤੇ ਆਪ ਨੇ ਉਸ ਦੀ ਅਗਲੀ ਤੁੱਕ ਪੜ੍ਹਨੀ, ਔਰ ਮੈਂ ਹਮੇਸ਼ਾ ਇਹ ਗੱਲ ਕਿਹਾ ਕਰਦਾ ਕਿ ਜਦੋਂ ਕਦੀ ਤੁਸੀਂ ਇਸ ਤੁੱਕ ਨੂੰ ਸੁਣੋ ਅਤੇ ਆਪਣੇ ਮਨ ਵਿੱਚ ਉਹਦਾ ਸਿਮਰਨ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਤੁਹਾਨੂੰ ਆਟੋਮੈਟਿਕਲੀ ਇੱਕਦਮ ਤੁਰੰਤ ਹੀ ਉਹਦਾ ਜਵਾਬ ਆ ਜਾਵੇ। ਸੋ ਆਡੀਓ ਕਲਿੱਪ ਆਪ ਜੀ ਨੂੰ ਸੁਣਾਈ ਜਾ ਰਹੀ। ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾਇਆ ਤਲ। ਸੋ ਆਪ ਜੀ ਨੇ ਤੁੱਕ ਸੁਣ ਲਈ ਹੈ, ਅਗਲੀ ਤੁੱਕ ਆਪ ਜੀ ਨੇ ਦੱਸਣੀ। ਗੋਰਾ ਸੇ ਨਿਮਾਣੀਆਂ ਬੈਸਨ ਰੂਆ ਮਲ। ਬਹੁਤ ਹੀ, ਫੁੱਲ 10 ਮਾਰਕਸ ਟੂ ਯੂ। ਅਗਲੀ ਆਡੀਓ ਕਲਿੱਪ ਆਪ ਜੀ ਲਈ। ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ ਜਿਉਂ ਦਰੀਆ ਵੈਟਾ। ਅੱਗੇ ਦੋਜ਼ਕ ਤਪਿਆ ਸੁਣਿਆ ਹੂਲ ਪਵੇ ਜਾਏ ਹਾ ਹਾ। ਜਿਹੜਾ ਸੁਰ ਚ ਗਾ ਦਿਓ ਜਿੱਦਾਂ ਬਾਬਾ ਫਰੀਦ ਦੇ ਸ਼ਲੋਕ ਗਾਏ ਜਾਂਦੇ ਨੇ। ਅੱਗੇ ਦੋਜ਼ਕ ਤਪਿਆ ਸੁਣਿਆ ਹੂਲ ਪਵੇ ਤਾ ਹਾ ਹਾ। ਫੁੱਲ 10 ਮਾਰਕਸ ਟੂ ਯੂ, ਬਿਲਕੁਲ ਠੀਕ, 10 ਮਾਰਕਸ ਤੁਹਾਨੂੰ ਮਿਲਦੇ ਨੇ। ਦੋਨੋਂ ਟੀਮਾਂ ਬੜੇ ਕੰਪੀਟੀਸ਼ਨ ਨਾਲ ਪੂਰੀ ਤਿਆਰੀ ਨਾਲ ਆਈਆਂ ਨੇ। ਸੋ ਮੈਨੂੰ ਵੀ ਅੱਛਾ ਲੱਗਦਾ ਜਦੋਂ ਅਸੀਂ ਪ੍ਰੋਗਰਾਮ ਦੇ ਅੰਦਰ ਸਾਨੂੰ ਜਵਾਬ ਮਿਲ ਰਹੇ ਹੁੰਦੇ ਨੇ। ਔਰ ਇੱਕ ਗੱਲ ਯਾਦ ਰੱਖਣਾ, ਦਰਸ਼ਕ ਜਦੋਂ ਦੇਖਦੇ ਹੁੰਦੇ ਨੇ ਨਾ, ਉਹਨਾਂ ਨੂੰ ਵੀ ਆਂਸਰ ਪਤਾ ਹੁੰਦੇ ਨੇ, ਲੇਕਿਨ ਤੁਹਾਡੇ ਮੂੰਹੋਂ ਸੁਣ ਕੇ ਉਹਨਾਂ ਨੂੰ ਲੱਗਦਾ ਕਿ ਜੋ ਮੈਨੂੰ ਪਤਾ ਸੀ ਉਹ ਤੁਹਾਨੂੰ ਵੀ ਪਤਾ, ਠੀਕ ਹੈ ਨਾ। ਸੋ ਅਗਲਾ ਪ੍ਰਸ਼ਨ ਜਿਹੜਾ ਕਿ ਆਪ ਜੀ ਨੂੰ ਚਿੱਤਰ ਦਿਖਾਇਆ ਜਾਏਗਾ ਔਰ ਆਪਣੇ ਦੱਸਣਾ ਹੈ ਵਾਰੀ ਵਾਰੀ ਕਿ ਇਹ ਚਿੱਤਰ ਕਿੰਨਾ ਦਾ ਹੈ। ਲੇਕਿਨ ਅਗਰ ਆਪ ਜੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਦੋਨੋਂ ਟੀਮਾਂ ਧਿਆਨ ਰੱਖਣਾ, ਅਗਰ ਉਸਦੇ ਨਾਲ ਬੋਲੋਗੇ ਤਾਂ ਆਪ ਜੀ ਨੂੰ ਬੋਨਸ ਮਾਰਕਸ ਮਿਲਣਗੇ। ਸੋ ਚਿੱਤਰ ਆਪ ਜੀ ਦੀ ਸਕਰੀਨ 'ਤੇ, ਇੰਟੈਲੀਜੈਂਟ ਕੌਸ। ਜੋ ਤੋ ਪ੍ਰੇਮ ਖਿਲਨ ਕਾ ਚਾਹੋ, ਸਿਮਰਨਜੀਤ ਸਿੰਘ। ਆਨਸਰ ਤੁਹਾਡਾ ਠੀਕ, ਲੇਕਿਨ ਇਹਨਾਂ ਬਾਰੇ ਕੋਈ ਜਾਣਕਾਰੀ? ਹੀ ਇਜ਼ ਅ ਰਿਲੀਜੀਅਸ ਐਡਵਾਈਜ਼ਰ ਆਫ ਐਟ ਕੋਲੰਬੀਆ। ਐਟ ਕੋਲੰਬੀਆ ਰਿਲੀਜੀਅਸ ਸਿੱਖ ਐਡਵਾਈਜ਼ਰ ਐਟ ਕੋਲੰਬੀਆ। ਕੋਲੰਬੀਆ ਇਹ ਨਹੀਂ ਕਿ ਸਿਰਫ ਨਾਂ ਹੀ ਯਾਦ ਸੀ, ਉਹਨਾਂ ਬਾਰੇ ਵੀ ਜਾਣਕਾਰੀ ਆ। ਸੋ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੋਲੰਬੀਆ ਦੇ ਵਿੱਚ ਪਹਿਲੇ ਸਿੱਖ ਰਿਲੀਜੀਅਸ ਲਾਈਫ ਐਡਵਾਈਜ਼ਰ ਨੇ ਜਿਹੜੇ ਕਿ ਸਿੱਖ ਰਹਿਣੀ ਬਹਿਣੀ ਦੇ ਬਾਰੇ ਸੰਗਤਾਂ ਨੂੰ ਦੱਸਦੇ ਨੇ ਕਿ ਸਿੱਖ ਜੀਵਨ ਹੈ ਕੀ ਹੈ। ਸੋ ਅਗਲਾ ਚਿੱਤਰ ਆਪ ਜੀ ਲਈ, ਵਿਰਸੇ ਦੇ ਵਾਰਸ। ਇਹ ਪਰਸਨੈਲਿਟੀਜ਼ ਅਸੀਂ ਹਮੇਸ਼ਾ ਦੇਖਦੇ ਹਾਂ ਲੇਕਿਨ ਯਾਦ 'ਚ ਨਹੀਂ ਰੱਖਦੇ। ਵਿਰਸੇ ਦੇ ਵਾਰਸ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਰਦਾਰ ਇਕਬਾਲ ਸਿੰਘ ਸਿੰਘਾ।
So the right answer, tusi naam ta theek lete, Lieutenant General Iqbal Singh Singha, the first Sikh commanding officer of United Nations disengagement of observer force. Sir, main choti ji gal share karna chahwangi. Sir, aao baniye gursikh pyara ek bahut hi nek uprala ho reha hai. ਜਦੋਂ ਸਾਨੂੰ ਕਿਹਾ ਗਿਆ ਸੀ ਫਰੀਦ ਜੀ ਦੇ ਸ਼ਲੋਕ ਸਾਨੂੰ ਕੰਠ ਗੁਰਬਾਣੀ ਕਰਨੀ ਹੈ ਅਤੇ ਸਾਰਾ ਦਿਨ ਘਰ 'ਚ ਗੁਰਬਾਣੀ ਚੱਲਦੀ ਰਹਿੰਦੀ ਸੀ ਉਹਦੇ ਨਾਲ ਮੇਰਾ 5 ਸਾਲ ਦਾ ਬੇਟਾ ਜਿਸ ਨੂੰ ਯੂ ਕਾਂਟ ਇਮੈਜਿਨ ਕਿ ਉਹਨੂੰ ਫਰੀਦ ਜੀ ਦੇ ਸ਼ਲੋਕ ਪੂਰੇ ਕੰਠ ਹੋ ਗਈ ਹੈ ਗੁਰਬਾਣੀ ਜਸਟ ਬਿਕੋਜ਼ ਆਫ ਆਓ ਬਣੀਏ ਗੁਰਸਿੱਖ ਪਿਆਰਾ ਸੋ ਆਈ ਐਮ ਵੈਰੀ ਥੈਂਕਫੁਲ ਕਿ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ 5 ਸਾਲ ਦੇ ਬੱਚੇ ਨੂੰ ਫਰੀਦ ਜੀ ਦੇ ਸ਼ਲੋਕ ਕੰਠ ਹੋ ਜਾਣਗੇ ਜੋ ਸਾਨੂੰ ਅੱਜ ਇਸ ਉਮਰ 'ਚ ਹੋਏ ਨੇ ਸੋ ਮੇਰਾ ਬਹੁਤ ਹੀ ਮਤਲਬ ਬਹੁਤ ਅੱਛਾ ਸਾਨੂੰ ਫੀਲ ਹੁੰਦਾ ਹੈ ਤੁਹਾਡੀ ਟੀਮ ਦਾ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੋੜਿਆ ਜੋੜਿਆ ਨਾਲ ਸਾਡੇ ਪਰਿਵਾਰ ਨੂੰ ਵੀ ਜੋੜਿਆ ਤੁਹਾਡਾ ਕੰਟਰੀਬਿਊਸ਼ਨ ਉਹਦੇ 'ਚ ਬਹੁਤ ਵੱਡਾ ਹੈ ਤੁਸੀਂ ਹਿੰਮਤ ਕੀ ਦੀ ਹੈ ਅੱਜ ਅਸੀਂ ਮਾਤਾ ਗੁਜਰੀ ਘਰ ਘਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਇਹ ਪ੍ਰੋਗਰਾਮ ਦੇ ਰਾਹੀਂ ਕੋਸ਼ਿਸ਼ ਹੈ ਔਰ ਆਪ ਜੀ ਨੂੰ ਵੀ ਦੇਖ ਲਓ ਇਹ ਮਿਸਾਲ ਹੈ 5 ਸਾਲ ਦਾ ਬੱਚਾ ਘਰ ਦੇ ਅੰਦਰ ਗੁਰਬਾਣੀ ਚੱਲਦੀ ਰਹੀ ਅਤੇ ਬਾਣੀ ਕੰਠ ਹੋ ਗਈ ਇਹਦੇ ਵਿੱਚੋਂ ਇੱਕ ਟੀਮ ਅੱਜ ਕੁਆਟਰ ਫਾਈਨਲ 'ਚ ਜਾਏਗੀ ਔਰ ਅੱਜ ਇੱਕ ਟੀਮ ਕੋਲੋਂ ਅਸੀਂ ਵਿਦਾਇਗੀ ਲਵਾਂਗੇ ਤਾਂ ਸਕੋਰ ਹੁਣ ਤੱਕ ਦਾ ਜਿਹੜਾ ਦੋਨੋਂ ਟੀਮਾਂ ਦਾ ਹੈ ਵਿਰਸੇ ਦੇ ਵਾਰਸ ਹੇਰਸ ਆਫ ਹੈਰੀਟੇਜ ਅੱਜ ਬੜੀ ਅੱਛੀ ਪ੍ਰਤੀਯੋਗਤਾ ਖੇਲ ਕੇ 60 ਮਾਰਕਸ ਨਾਲ ਔਰ ਇੰਟੈਲੀਜੈਂਸ ਸਕੋਰ 75 ਮਾਰਕਸ ਦੇ ਨਾਲ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਰਿਹਾ ਸੋ ਮੈਂ ਬੇਨਤੀ ਕਰਾਂਗਾ ਅੱਜ ਦਾ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਮੇਰੇ ਕੋ ਐਂਕਰ ਵੀਰ ਸਰਦਾਰ ਹਰਜਿੰਦਰ ਸਿੰਘ ਜੀ ਸਰਦਾਰ ਭੁਪਿੰਦਰ ਸਿੰਘ ਜੀ ਔਰ ਜਪਲੀਨ ਕੌਰ ਜੀ ਜਿਹੜੇ ਕਿ ਫਰੈਬੋ ਕੰਪਨੀ ਤੋਂ ਇੱਥੇ ਆਏ ਨੇ ਔਰ ਹਮੇਸ਼ਾ ਸਾਡੇ ਸਹਿਯੋਗੀ ਬਣ ਕੇ ਇਸ ਪ੍ਰੋਗਰਾਮ ਨੂੰ ਪਿਆਰ ਅਤੇ ਸਤਿਕਾਰ ਦਿੰਦੇ ਨੇ ਉਹ ਆਉਣਗੇ ਔਰ ਦੋਨੋਂ ਟੀਮਾਂ ਨੂੰ ਪਿਆਰ ਅਤੇ ਸਤਿਕਾਰ ਦੇਣਗੇ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਰਿਕੁਐਸਟ ਕਰਾਂਗੇ ਜਿਹੜੇ ਫਰੈਬੋ ਤੋਂ ਆਏ ਉਹਨਾਂ ਨੂੰ ਗਿਫਟ ਐਂਪਰ ਦੇ ਰਹੇ ਜੀ ਸਿਮਕੋ ਵੱਲੋਂ ਕੈਸ਼ ਪ੍ਰਾਈਜ਼ ਵਾਈਬਰ ਟੀ ਵੀ ਵੱਲੋਂ ਸਰਦਾਰ ਮਹਿਤਾਬ ਸਿੰਘ ਜੀ ਵੱਲੋਂ ਮੋਮੈਂਟੋਸ ਦੇ ਰਹੇ ਮੈਂ ਹੁਣ ਰਿਕੁਐਸਟ ਕਰਾਂਗਾ ਜਪਲੀਨ ਕੌਰ ਜੀ ਜਿਹੜੇ ਫਰੈਬੋ ਤੋਂ ਉਹ ਗਿਫਟ ਐਂਪਰ ਸਿਮਕੋ ਵੱਲੋਂ ਕੈਸ਼ ਪ੍ਰਾਈਜ਼ ਵਾਈਬਰ ਟੀ ਵੀ ਵੱਲੋਂ ਔਰ ਡਾਟਾ ਵਿੰਡ ਵੱਲੋਂ ਇੱਕ ਮੋਬਾਈਲ ਫੋਨ ਦੇ ਰਹੇ ਨੈਨੋ ਜੀ ਸੋ ਐਕਸੈਪਟ ਕਰਨ ਪਲੀਜ਼ ਸਰਦਾਰ ਭੁਪਿੰਦਰ ਸਿੰਘ ਜੀ ਔਰ ਜਪਲੀਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਅੰਬੈਸਡਰ ਬਣ ਕੇ ਵੀ ਇਹ ਜਿਹੜੇ ਸ਼ੋਅ ਦੇ ਹਮੇਸ਼ਾ ਵਿਚਰਦੇ ਰਹਿਣਗੇ ਜਿੱਥੇ ਵੀ ਆਪਣੇ ਰਿਸ਼ਤੇਦਾਰੀ ਵਿੱਚ ਫਰੈਂਡ ਸਰਕਲ ਦੇ ਵਿੱਚ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ ਅਗਲੇ ਹਫ਼ਤੇ ਐਸੇ ਚੈਨਲ 'ਤੇ ਐਸੇ ਸਮੇਂ ਫਿਰ ਮਿਲਾਂਗੇ ਨਵੇਂ ਪ੍ਰਤੀਯੋਗੀਆਂ ਦੇ ਨਾਲ ਔਰ ਨਵੇਂ ਸਵਾਲਾਂ ਦੇ ਨਾਲ ਆਓ ਬਣੀਏ ਗੁਰਸਿੱਖ ਪਿਆਰਾ ਦੇ ਸਾਰੇ ਐਪੀਸੋਡ ਯੂਟਿਊਬ ਦੇ ਉੱਤੇ ਅਵੇਲੇਬਲ ਹਨ ਆਪ ਕਦੀ ਵੀ ਧਾਰਮਿਕ ਪ੍ਰੀਖਿਆ ਵਾਸਤੇ ਤਿਆਰੀ ਕਰਨੀ ਹੋਵੇ ਉੱਥੋਂ ਉਹਨਾਂ ਦੇ ਪ੍ਰਸ਼ਨ 'ਤੇ ਉੱਤਰ ਲੈ ਸਕਦੇ ਹੋ ਔਰ ਆਪਣੇ ਸੁਝਾਓ ਦੇਣਾ ਨਾ ਭੁੱਲਿਓ ਦਿਓ ਇਜਾਜ਼ਤ ਅਗਲੇ ਹਫ਼ਤੇ ਐਸੇ ਚੈਨਲ 'ਤੇ ਫਿਰ ਮਿਲਾਂਗੇ ਆਓ ਬਣੀਏ ਗੁਰਸਿੱਖ ਪਿਆਰਾ ਦੇ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ